ਤਾਂ ਦੀਵਾਲੀ ਦਾ ਤਿਉਹਾਰ ਹੈ, ਲੋਕ ਜ਼ੋਰ ਸ਼ੋਰ ਨਾਲ ਪਟਾਕੇ ਖਰੀਦ ਰਹੇ ਨੇ। ਤਾਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਵਾਲੀ ਪਟਾਕਾ ਮਾਰਕੀਟ ਦੇ ਵਿੱਚ ਆਏ ਹਾਂ ਅਤੇ ਇੱਥੇ ਜਿਹੜੇ ਸੇਲਸਮੈਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤਾਂ ਬਾਈ ਜੀ, ਕੀ ਨਾਮ ਹੈ ਤੁਹਾਡਾ, ਕਿੰਨੇ ਸਾਲ ਤੋਂ ਇਹ ਕਾਰੋਬਾਰ ਕਰਦੇ ਹੋ? ਬਾਈ ਜੀ, ਅਸੀਂ ਤਾਂ 3-4 ਸਾਲ ਹੋ ਚੁੱਕੇ ਨੇ ਅਤੇ ਪੰਕਜ ਹਾਂਡਾ ਮੇਰਾ ਨਾਮ ਹੈ। ਅਤੇ ਮਾਹੌਲ ਇਸ ਟਾਈਮ ਵਧੀਆ ਵਧੀਆ, ਕੱਲ੍ਹ ਦਾ ਦਿਨ ਸਾਡਾ ਖਰਾਬ ਚੱਲ ਗਿਆ ਜੀ ਬਾਰਿਸ਼ ਕਰਕੇ, ਤਾਂ ਉਹਦੇ ਨਾਲ ਸਾਨੂੰ ਕਾਫੀ ਹੱਦ ਤੱਕ ਕੱਲ੍ਹ ਦਾ ਦਿਨ ਤਾਂ ਸਾਡਾ ਮਾਰਿਆ ਗਿਆ ਜੀ। ਤਾਂ ਜਿਵੇਂ ਕਰੋਨਾ ਤੋਂ ਪਹਿਲਾਂ ਦਾ ਸਮਾਂ ਕਿੱਦਾਂ ਦਾ ਸੀ ਅਤੇ ਹੁਣ ਕਿੱਦਾਂ ਦਾ, ਕਿਉਂਕਿ ਲੋਕ ਪਹਿਲਾਂ ਪਟਾਕੇ ਵੀ ਜ਼ਿਆਦਾ ਚਲਾਉਂਦੇ ਸਨ, ਅੱਜ ਕੱਲ੍ਹ ਗ੍ਰੀਨ ਦੀਵਾਲੀ ਦਾ ਕਾਫੀ ਜ਼ਿਆਦਾ ਚਲਨ ਚੱਲ ਰਿਹਾ ਹੈ? ਭਾਅ ਜੀ, ਐਕਚੁਲੀ ਜਿੰਨਾ ਆਪਣੇ ਕੋਲ ਸਟੋਕ ਪਿਆ ਇਹ ਸਾਰਾ ਸਾਰਾ ਗ੍ਰੀਨ ਹੈ ਜੀ, ਕੋਈ ਵੀ ਗਲਤ ਨਹੀਂ ਰੱਖਿਆ ਜਿਹੜੀ ਸਰਕਾਰ ਦੀਆਂ ਹਦਾਇਤਾਂ ਨੇ। ਪਰ ਪੁਰਾਣੇ ਕਰੋਨਾ ਦਾ ਕਰਕੇ ਇਸ ਟਾਈਮ 50% ਗ੍ਰਾਹਕੀ ਘਟੀ ਹੋਈ ਸੀ ਅਤੇ ਉੱਤੋਂ ਮੀਂਹ ਦੀ ਮਾਰ ਨੇ ਹੋਰ ਡਾਊਨ ਕੀਤਾ ਕੰਮ ਉਹਦੇ ਨਾਲ ਕਿ ਹਾਂ ਕਿ ਅੱਜ ਦੇਖਦੇ ਹਾਂ ਮਹਾਰਾਜ ਕਿਰਪਾ ਕਰਨ ਤਾਂ ਧੁੱਪ ਚੜ੍ਹੀ ਹੈ ਮਿੱਟੀ ਮਿੱਟੀ ਜੀ, ਤਾਂ ਖੁੱਲ੍ਹੇ ਮੌਸਮ ਦਾ ਸਾਰਿਆਂ ਦਾ ਕੰਮ ਕਾਜ ਚੱਲੇ ਵਧੀਆ। ਗਾਹਕਾਂ 'ਚ ਕਿੰਨਾ ਕੁ ਚਾਓ ਆ, ਕਿੰਨੇ ਲੋਕ ਪੈਸੇ ਨੇ ਪਟਾਕਿਆਂ 'ਤੇ ਖਰਚ ਕਰ ਰਹੇ ਨੇ? ਥੋੜ੍ਹੀ ਜਿਹੀ ਗ੍ਰਾਹਕਾਂ 'ਤੇ ਕੰਜੂਸੀ ਆ ਗਈ ਹੈ, ਇਹ ਤਾਂ ਗਰੰਟਿਡ ਹੈ। ਅਤੇ ਹੁਣ ਆਲਮੋਸਟ 14-12 ਦੀ ਦੀਵਾਲੀ ਹੈ ਕੱਲ੍ਹ ਦੀ, ਅਤੇ ਕੱਲ੍ਹ ਹੀ ਇੰਡੀਆ ਦਾ ਮੈਚ ਹੈ, ਉਹਦੀ ਖੁਸ਼ੀ ਦੇ ਵਿੱਚ ਵੀ ਆਲਮੋਸਟ ਲੋਕ ਲੱਗੇ ਹੋਏ ਨੇ ਪਟਾਕੇ ਲੈਣ ਜ਼ੋਰਾਂ ਸ਼ੋਰਾਂ 'ਤੇ ਸਾਡੇ ਕੋਲ। ਤਾਂ ਇੱਕ ਗੱਲ ਦੱਸੋ, ਤੁਸੀਂ ਲੱਖਾਂ ਰੁਪਏ ਦੇ ਪਟਾਕੇ ਜਿਹੜੇ ਉਹ ਲਿਆਉਂਦੇ ਹੋ, ਪਹਿਲਾਂ ਸਿਸਟਮ ਹੁੰਦਾ ਸੀ ਕਿ ਲੋਕ ਆਪਣੀਆਂ ਦੁਕਾਨਾਂ 'ਚ ਸਟੋਕ ਰੱਖਦੇ ਸੀ, ਪਟਾਕੇ ਵੇਚਦੇ ਸੀ। ਹੁਣ ਸਰਕਾਰ ਨੇ ਸਖਤੀ ਕੀਤੀ ਆ ਕਿਉਂਕਿ ਅੱਗਾਂ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ, ਅਤੇ ਤੁਸੀਂ ਫਿਰ ਪਟਾਕੇ ਵਗੈਰਾ ਪਹਿਲਾਂ ਤੋਂ ਲਿਆਉਂਦੇ ਹੋ ਜਾਂ ਫਿਰ ਇਹ ਮੌਕੇ 'ਤੇ ਲਿਆਉਂਦੇ ਜਾਂਦੇ ਨੇ? ਭਾਅ ਜੀ, ਬੇਸਿਕਲੀ ਅਸੀਂ ਤਾਂ 1 ਮਹੀਨਾ ਜਾਂ 15 ਦਿਨ ਪਹਿਲਾਂ ਹੀ ਲੈ ਕੇ ਆਉਂਦੇ, ਕਿਉਂਕਿ ਰੱਖਣ ਦੇ ਲਈ ਇਹ ਪਟਾਸ ਹੈ, ਇਹ ਕਿਸੇ ਵੀ ਟਾਈਮ ਕੋਈ ਵੀ ਨੈਗੇਟਿਵਿਟੀ ਹੋ ਸਕਦੀ ਹੈ, ਕੋਈ ਇੰਸੀਡੈਂਟ ਹੋ ਸਕਦਾ, ਇਸ ਲਈ ਅਸੀਂ ਮੌਕੇ ਤੋਂ ਨਹੀਂ, ਇਹ 15 ਕੁ ਦਿਨ ਪਹਿਲਾਂ ਲਿਆ ਕੇ ਰੱਖ ਲਈ ਅਤੇ ਸਮਾਨ ਬਸ ਜੀ। ਜੇ ਗੱਲ ਕੀਤੀ ਜਾਵੇ, ਪਹਿਲਾਂ ਸਾਰੇ ਦੁਕਾਨਦਾਰ ਵੇਚਦੇ ਸੀ ਅਤੇ ਹੁਣ ਇੱਕ ਨਵਾਂ ਲਾਇਸੈਂਸ ਵਾਲਾ ਸਿਸਟਮ ਆ, ਡਰਾ ਕੱਢੇ ਜਾਂਦੇ ਨੇ, ਹੈ ਨਾ, ਜਿਹਦਾ ਡਰਾ ਨਿਕਲਦਾ ਉਹੀ ਸਟੋਲ ਲਾ ਸਕਦਾ, ਅਤੇ ਫੀਸਾਂ ਨੇ ਜਿਹੜੀਆਂ ਉਹ ਵੀ ਕਾਫੀ ਜ਼ਿਆਦਾ ਮਹਿੰਗੀਆਂ ਨੇ। ਤਾਂ ਕਿਤੇ ਨਾ ਕਿਤੇ ਇਹ ਜਿਹੜੇ ਆਮ ਗਾਹਕ ਨੇ ਜਿਨ੍ਹਾਂ ਨੇ ਪਟਾਕੇ ਖਰੀਦਣੇ ਨੇ ਉਹਨਾਂ ਨੂੰ ਆਪਣੇ ਪੱਲੇ ਤੋਂ ਹੀ ਭਰਨੀਆਂ ਪੈਣੀਆਂ, ਕਿਉਂਕਿ ਦੁਕਾਨਦਾਰ ਨੇ ਇਸ ਸੀਜ਼ਨ ਵਿੱਚ ਕਮਾਈ ਕਰਕੇ ਆਪਣਾ ਲੰਮਾ ਸਮਾਂ ਗੁਜ਼ਾਰਾ ਕਰਨਾ ਹੁੰਦਾ ਹੈ। ਤਾਂ ਪ੍ਰਸ਼ਾਸਨ ਦਾ ਕਿੰਨਾ ਕੁ ਧਿਆਨ ਆ, ਕਿੰਨੀ ਕੁ ਮਾਰ ਆ ਜਿਹੜੀ ਫੀਸਾਂ ਦੀ ਪਈ ਹੈ, ਅਤੇ ਹੋਰ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ? ਭਾਅ ਜੀ, ਫੀਸਾਂ ਦੀ ਤਾਂ ਤੁਸੀਂ ਗੱਲ ਨਾ ਕਰੋ, ਕਾਰਪੋਰੇਸ਼ਨ ਨੇ ਤਾਂ ਬਿਲਕੁਲ ਵੀ 1% ਦਾ, ਆ ਜਿੰਨਾ ਗਰਾਊਂਡ ਤਿਆਰ ਕਰਿਆ ਸਾਡੇ, ਅਸੀਂ ਜਿੰਨੇ ਲਾਇਸੈਂਸੀ ਬੈਠੇ ਹਾਂ 8, ਉਹ ਤੋਂ ਉੱਪਰ ਇਸ ਟਾਈਮ ਸਟੋਲ ਲੱਗੇ ਹੋਏ ਨੇ 24, ਸਭ ਤੋਂ ਵੱਡੀ ਗੱਲ ਹੈ। ਹੁਣ ਤੁਸੀਂ ਪ੍ਰਸ਼ਾਸਨ ਦੀ ਆਪ ਦੇਖ ਲਓ, ਇਹ ਕਾਰਪੋਰੇਸ਼ਨ ਦੇ ਅੰਡਰ ਨਹੀਂ, ਕਾਰਪੋਰੇਸ਼ਨ 1 ਰੁਪਏ ਦਾ ਕੰਮ ਨਹੀਂ ਕਰਿਆ, ਅਸੀਂ ਉਰੇ JCB ਮਿੱਟੀ ਸਾਰਾ ਲੈਵਲ ਕਰਵਾ ਕੇ ਸਾਡਾ 70-75 ਹਜ਼ਾਰ ਰੁਪਇਆ ਖੁਦ ਖਰਚਾ ਹੈ। ਹੁਣ ਜਦੋਂ ਫੀਸਾਂ ਦੀ ਵਾਰੀ ਆਉਣਾ, ਉਹਨਾਂ ਨੇ ਆ ਕੇ ਸਾਡੇ ਸਿਰ 'ਤੇ ਖੜ੍ਹ ਦੇਣਾ ਵੀ ਆਹ ਦੋ ਫੀਸਾਂ ਅੱਡਦੇ ਜੀ ਮੂੰਹ ਬਹੁਤ, ਕੰਮ 1 ਰੁਪਏ ਦਾ ਨਹੀਂ ਕਰਾ ਕੇ ਰਾਜੀ ਜੀ ਕੋਈ ਜੀ। ਬੜੀ ਇਹ ਹੈ, ਸਾਨੂੰ ਦਿੱਕਤ ਬਹੁਤ ਹੈ ਨਾ, ਇਹ 'ਤੇ ਸਾਨੂੰ ਕੋਈ ਪਾਰਕਿੰਗ ਦੀ ਕੋਈ ਉਹ ਹੈ, ਹੁਣ ਇਹ ਗੱਡੀਆਂ ਖੜ੍ਹ ਗਈਆਂ, ਅਸੀਂ ਚਾਹੁੰਦੇ ਹਾਂ ਕਿ ਥੋੜ੍ਹੀ ਬਹੁਤੀ ਪਾਰਕਿੰਗ ਦੀ ਸਪੇਸ ਹੋਰ ਦੀ ਸਾਨੂੰ ਦਿੱਤੀ ਜਾਂਦੀ ਕਿ ਜਿਹਦੇ ਨਾਲ ਕਿ ਰਸ਼ ਨਾ ਹੋਵੇ, ਅਸੀਂ ਇਹੀ ਚਾਹੁੰਦੇ ਸੜਕ 'ਤੇ 1% ਦਾ ਰਸ਼ ਨਾ ਹੋਵੇ। ਮੋਹਾਲੀ, ਚੰਡੀਗੜ੍ਹ ਹੋ ਗਿਆ, ਖਰੜ ਹੋ ਗਿਆ, ਇੱਥੇ ਜ਼ਿਆਦਾਤਰ ਲੋਕਾਂ ਨੇ ਆਉਣਾ ਹੈ, ਹੈ ਨਾ, ਅਤੇ ਸਰ ਪ੍ਰਸ਼ਾਸਨ ਦੇ ਪ੍ਰਬੰਧ ਕਿੰਨੇ ਨੇ? ਚਲੋ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਤਾਂ ਖੜ੍ਹੀ ਆ, ਹੋਰ ਕਿਹੜਾ ਪ੍ਰਬੰਧ ਕੀਤਾ ਗਿਆ ਜੀ? ਪ੍ਰਸ਼ਾਸਨ ਵੱਲੋਂ ਮੌਕੇ 'ਤੇ 8ਵੇਂ ਥਾਣੇ ਤੋਂ ਪੁਲਿਸ ਵਾਲੇ ਵੀ ਗੇੜਾ ਮਾਰ ਰਹੇ ਹਾਂ ਵੀ ਕੋਈ ਇੰਸੀਡੈਂਟ ਨਾ ਹੋਵੇ, ਆ ਅੱਜ ਗੱਡੀ ਏ ਜੀ ਫਾਇਰ ਵਾਲੇ ਦੀ, ਅਤੇ ਪ੍ਰਸ਼ਾਸਨ ਵੱਲੋਂ ਹੋਰ ਕਾਰਪੋਰੇਸ਼ਨ ਵੱਲੋਂ ਕੋਈ ਵੀ ਟੀਮ ਆ ਕੇ ਨਹੀਂ ਹੈ, ਬਸ ਉਹਨਾਂ ਨੇ ਫੀਸਾਂ ਕੱਟਣ ਲਈ ਆਉਣਾ, ਹੋਰ ਕੁਛ ਨਹੀਂ ਕਰਨਾ ਜੀ। ਤੁਹਾਨੂੰ ਕੋਈ ਸੁਵਿਧਾ ਵਗੈਰਾ ਦਿੱਤੀ ਹੋਵੇ, ਕੋਈ ਬਿਜਲੀ ਜਾਂ ਕੋਈ ਹੋਰ ਸਿਸਟਮ? ਕੁਛ ਵੀ ਨਹੀਂ ਜੀ, ਕੁਛ ਵੀ ਨਹੀਂ, ਕੱਲ੍ਹ ਮੀਂਹ ਦੇ ਇੰਨਾ ਨੁਕਸਾਨ ਹੋਇਆ, ਇੰਨਾ ਨੁਕਸਾਨ ਕਈਆਂ ਦੇ, ਕੱਲ੍ਹ ਦੇ ਦਿਨ ਭਾਅ ਜੀ ਬੋਣੀ ਤੱਕ ਨਹੀਂ ਹੋਈ, ਇੰਨਾ ਮਾੜਾ ਹਾਲ ਸੀ। ਚਲੋ ਇਹ ਹੈ ਕਿ ਆਪਾਂ ਕਹਿੰਦੇ ਹਾਂ ਪਰਮਾਤਮਾ ਸਾਰਿਆਂ ਦਾ ਕੰਮ ਕਾਜ ਚਲਾਵੇ, ਪਰ ਪ੍ਰਸ਼ਾਸਨ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਹੋਈ, ਨਾ ਪਾਣੀ ਲਈ, ਨਾ ਕਿਸੇ ਲਈ, ਨਾ ਮੌਕੇ 'ਤੇ ਆ ਕੇ ਦੇਖਿਆ। ਲੋਕ ਜਿਨ੍ਹਾਂ ਨੇ ਲਾਇਆ ਉਹ ਆਪਣੇ ਆਪ ਜ਼ਿੰਮੇਵਾਰੀ 'ਤੇ ਆ, ਅਸੀਂ ਤਾਂ ਪੈਸੇ ਚਾਹੁੰਦੇ ਹਾਂ, ਕਾਰਪੋਰੇਸ਼ਨ ਦਾ ਇਹ ਕੰਮ ਸੀ। ਤਾਂ ਇੱਕ ਚੀਜ਼ ਹੁੰਦੀ ਹੈ ਕਿ ਆਪਾਂ ਪਹਿਲਾਂ ਵੀ ਦੇਖਿਆ ਏ ਕਿ ਜਿਵੇਂ ਹੋਰ ਇਲਾਕੇ ਨੇ ਅਫਸਰਾਂ 'ਤੇ ਇਲਜ਼ਾਮ ਲੱਗਦੇ ਨੇ ਵੱਖ ਵੱਖ ਮਹਿਕਮਿਆਂ ਦੇ ਕਿ ਆਪਣੇ ਦਬਦਬੇ ਮਾਰ ਕੇ ਦੁਕਾਨਦਾਰਾਂ ਤੋਂ ਇੱਦਾਂ ਹੀ ਫ੍ਰੀ 'ਚ ਸਮਾਨ ਲੈ ਜਾਂਦੇ ਨੇ, ਉਹ ਚੀਜ਼ ਇੱਥੇ ਤਾਂ ਨਹੀਂ ਹੁੰਦੀ? ਭਾਅ ਜੀ, ਐਵੇਂ ਤਾਂ ਹਜੇ ਤੱਕ ਸਾਡੇ ਨਾਲ ਕੋਈ ਹੋਇਆ ਨਹੀਂ, ਪਰ ਜਿੰਨੇ ਵੀ ਆਉਂਦੇ ਸਾਰੇ ਕੋਆਪਰੇਟਿਵ ਨੇ, ਚਾਹੇ ਮੁਲਾਜ਼ਮ ਨੇ ਚਾਹੇ ਕਿਸੇ ਵੀ ਡਿਪਾਰਟਮੈਂਟ ਦੇ ਨੇ, ਆ ਕੇ ਆਪਣਾ ਜੋ ਮੰਗਦੇ ਆ ਉਹ ਤੋਂ ਨੀਚੇ ਕੁਛ ਵੀ ਨਹੀਂ ਹੈ। ਅਗਲੇ ਕਹਿੰਦੇ ਆਪਣੀ ਮਿਹਨਤ ਲਓ, ਕਾਦੇ ਲੱਗੇ ਹੋਏ ਹੋ, ਕੱਲ੍ਹ ਦੀ ਮਾਰ ਕਰਕੇ ਸ਼ਾਇਦ ਉਹਨਾਂ 'ਚ ਹੋਰ ਦੇ ਆ ਜੇ, ਸਭ ਤੋਂ ਵੱਡੀ ਗੱਲ। ਚੀਜ਼ ਹੋਰ ਆ, ਅਤੇ ਜਿਵੇਂ ਪਟਾਕੇ ਨੇ ਚਲਾਉਣੇ ਨੇ, ਬੱਚਿਆਂ ਨੇ ਵੀ ਚਲਾਉਣੇ ਨੇ, ਵੱਡਿਆਂ ਨੇ ਵੀ ਚਲਾਉਣੇ ਨੇ, ਤਾਂ ਉਹਨਾਂ ਨੂੰ ਕੀ ਸਲਾਹ ਦੇਵੋਂਗੇ ਕਿ ਕਿਸ ਤਰੀਕੇ ਨਾਲ ਇਹ ਚਲਾਉਣੇ ਚਾਹੀਦੇ ਨੇ, ਕਿਉਂਕਿ ਹਾਦਸੇ ਕਈ ਹੋ ਜਾਂਦੇ ਨੇ, ਲਾਪਰਵਾਹੀ ਕਰਕੇ ਲੋਕ ਨੇ ਜਿਹੜੇ ਉਹ ਝੁਲਸ ਜਾਂਦੇ ਨੇ? ਭਾਅ ਜੀ, ਹਦਾਇਤਾਂ ਦਾ ਸਿਰਫ ਇਹੀ ਅਸੀਂ ਕਹਿਣਾ ਚਾਹੂੰਗੇ ਕਿ ਪਟਾਕਾ ਇਹਦਾ ਕੁਛ ਨਹੀਂ ਪਤਾ, ਇਹਨੂੰ ਜਿੰਨਾ ਹੋ ਸਕੇ 1 ਵਾਰੀ ਚਲਾਓ, ਦੂਜੀ ਵਾਰੀ ਜਾ ਕੇ ਚਲਾਉਣ ਦੀ ਟਰਾਈ ਕਿਸੇ ਵੀ ਪਟਾਕੇ ਨੂੰ ਨਾ ਕਰੋ। ਕਿਉਂ? ਕਿਉਂਕਿ ਉਹਦੇ ਨਾਲ ਕੋਈ ਬੱਚਾ ਮੂੰਹ ਅੱਗੇ ਕਰ ਲੈਂਦਾ ਅਤੇ ਉਹ ਮੌਕੇ 'ਤੇ ਚੱਲ ਪੈਂਦਾ,
ਜੇ ਕਈਆਂ ਨੇ ਹੁਣ ਵਿੱਚ ਬੈਠੇ ਆ ਪੁਰਾਣੇ ਹੈਗੇ ਆ ਬੰਦੇ ਕੋਈ ਚੰਡੀਗੜ੍ਹ ਤੋਂ ਆ ਕੇ ਉਹ ਰਿਲਾਈ ਬੈਠਾ ਉਹਨਾਂ ਦਾ ਕੀ ਉਹ ਪੁਰਾਣਾ ਮਾਲ ਸਟੋਕ ਕਰਕੇ ਰੱਖਦੇ ਜੀ ਉਹ ਸਾਲ ਬਾਅਦ ਪੁਰਾਣਾ ਮਾਲ ਸਟੱਕ ਹੋ ਜਾਂਦਾ ਜਿਹੜਾ ਇਹਦੀ ਪਟਾਸ ਹੈ ਨਾ ਉਹ ਸਟੱਕ ਹੋ ਜਾਂਦੀ ਹੈ ਫਿਰ ਉਹਨੇ ਇੱਕਦਮ ਬਲਾਸਟ ਹੋ ਜਾਂਦੀ ਹੈ ਫਿਰ ਉਹਦੇ ਨਾਲ ਇੰਸੀਡੈਂਟ ਵੱਧ ਜਾਂਦੇ ਆ ਅਸੀਂ ਤਾਂ ਇਹੀ ਤਾਂ ਦਿੰਦੇ ਹਾਂ ਕਿ ਜਿੰਨਾ ਵੀ ਆਪਣੇ ਦੁਕਾਨਦਾਰਾਂ ਨੂੰ ਵੀ ਆ ਬਾਈ ਹੁਣੀ ਬੈਠੇ ਨੇ ਆਂਢ ਗੁਆਂਢ 'ਚ ਵੀ ਫਰੈਸ਼ ਮਾਲ ਲਿਆਓ ਪੁਰਾਣਾ ਮਾਲ ਇੱਕ ਸਿਸਟਮ ਪ੍ਰਸ਼ਾਸਨ ਨੂੰ ਹੋਰ ਕਰਨਾ ਚਾਹੀਦਾ ਜਿਹਦੇ ਕੋਲ ਮਾਲ ਵੱਜੇ ਅਤੇ ਜਿਹੜੇ ਦੁਕਾਨਦਾਰ ਤੋਂ ਲਿੱਤਾ ਉਹ ਤੋਂ ਬਿੱਲ ਦੇ ਮੁਤਾਬਿਕ ਉਹਨੂੰ ਉਹ ਮਾਲ ਉੱਥੇ ਸਟੋਕ ਕਰਨਾ ਚਾਹੀਦਾ ਕਿਉਂਕਿ ਉਹਨਾਂ ਕੋਲ ਸਪੇਸ ਬਹੁਤ ਹੈ ਆਹ ਲੋਕਲ ਦੁਕਾਨਾਂ ਵਾਲੇ ਕੋਲ ਕਿੱਥੇ ਸਪੇਸ ਹੈ ਜੀ ਇੱਕ ਚੀਜ਼ ਹੋਰ ਬਹੁਤ ਹੁੰਦੀ ਹੈ ਕਿ ਜਿਵੇਂ ਆਮ ਛੋਟੇ ਸ਼ਹਿਰਾਂ 'ਚ ਦੇਖਣ ਨੂੰ ਮਿਲਦੀ ਆ ਪੁਲਿਸ ਵੱਲੋਂ ਪਟਾਕੇ ਫੜੇ ਵੀ ਜਾਂਦੇ ਨੇ ਲੋਕਾਂ ਵੱਲੋਂ ਸਟੋਰ ਕੀਤੇ ਜਾਂਦੇ ਨੇ ਜਿਨ੍ਹਾਂ ਨੇ ਲਾਇਸੈਂਸ ਲਿਆ ਉਹਨਾਂ ਨੇ ਤਾਂ ਵੇਚਣੇ ਹੀ ਵੇਚਣੇ ਨੇ ਅੰਦਰ ਖਾਤੇ ਚੋਰੀ ਛਿੱਪੇ ਬੜੇ ਪਟਾਕੇ ਵਿਕਦੇ ਨੇ ਫਿਰ ਉਹਨਾਂ 'ਤੇ ਪ੍ਰਸ਼ਾਸਨ ਕਿਉਂ ਨਹੀਂ ਕੁਝ ਕਰ ਰਿਹਾ ਪ੍ਰਸ਼ਾਸਨ ਜੀ ਹੁਣ ਉਹਨਾਂ 'ਤੇ ਕਾਰਵਾਈ ਕਰੇ ਤਾਂ ਵੈਲ ਐਂਡ ਗੁੱਡ ਹੈ ਕਿਉਂਕਿ ਇੰਸੀਡੈਂਟ ਉਹਨਾਂ ਕਰਕੇ ਵੱਧ ਰਹੇ ਨੇ ਅਸੀਂ ਤਾਂ ਚਾਹੁੰਦੇ ਦੇਖੋ ਹੁਣ ਦੁਕਾਨਾਂ ਵੀ ਇੱਥੇ ਸਾਡੇ ਲਿਮਿਟਡ ਸੀਗੀਆਂ ਪਰ ਵੱਧ ਗਈਆਂ ਕਈਆਂ ਨੇ ਪਟਾਕਾ ਖਰੀਦ ਲਿਆ ਹੁਣ ਅਸੀਂ ਉਹਨਾਂ ਧੱਕਾਸ਼ਾਹੀ ਤਾਂ ਕੋਈ ਕਰ ਨਹੀਂ ਸਕਦਾ ਇਹ ਪ੍ਰਸ਼ਾਸਨ ਦਾ ਕੰਮ ਹੈ ਜੀ ਇਹ ਚੀਜ਼ਾਂ ਦੇਖਣੀਆਂ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਕਿਸੇ ਮਾਰਕੀਟ ਦੇ ਕੋਲ ਜਾਂ ਰੈਜੀਡੈਂਸ਼ੀਅਲ ਏਰੀਆ ਦੇ ਕੋਲ ਵੀ ਆਹ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਵੀ ਭਰਾ ਨੇ ਭੈਣਾਂ ਨੇ ਸਾਰੇ ਹੈਗੇ ਆ ਇਸ ਲਈ ਇਹ ਸਪੇਸ ਅਸੀਂ ਤਾਂ ਚੁਣੀ ਸੀਗੀ ਹੁਣ ਆਲਮੋਸਟ ਜਿਹੜੇ ਇੱਥੇ ਲਾਇਸੈਂਸੀ ਬੈਠੇ ਨੇ ਕਿਸੇ ਨੂੰ 88 ਮਿਲਿਆ ਸੀ ਕਿਸੇ ਨੂੰ 11 ਫੇਸ ਸਾਨੂੰ 8 ਫੇਸ ਇਹ ਸਪੈਸ਼ਲੀ ਇਹ ਲੋਕੇਸ਼ਨ ਬਟ ਹੁਣ ਸਾਰਿਆਂ ਨੇ ਆ ਕੇ ਇੱਥੇ ਗੜ ਬਣਾ ਲਿਆ ਉਹਦੇ ਨਾਲ ਕੀ ਹੈ ਜ਼ਿਆਦਾ ਵੱਧ ਗਈ ਇਹ ਲੋਕੇਸ਼ਨਸ 3 ਦਿੱਤੀਆਂ ਸੀ ਮੋਹਾਲੀ ਵਾਲੇ ਨੂੰ ਇਸੇ ਕਰਕੇ ਕਿ ਕੋਈ ਇੰਸੀਡੈਂਟ ਨਾ ਹੋਵੇ ਅਤੇ ਫਾਇਰ ਵਾਲੀ ਗੱਡੀਆਂ ਵੀ ਉੱਥੇ ਪਹੁੰਚਣ ਠੀਕ ਹੈ ਹੁਣ ਇਹਨਾਂ ਨੇ ਇੱਥੇ ਆ ਕੇ ਲਾ ਲਏ ਉਹਦੇ ਨਾਲ ਕੀ ਹੈ ਪਟਾਸ ਹੋਰ ਵੱਧ ਗਈ ਜੇ ਰੱਬ ਨਾ ਕਰੇ ਕਿਸੇ ਨੂੰ 19-21 ਹੁੰਦੀ ਹੈ ਕਿ ਤਾਂ ਉਹਦੇ ਨਾਲ ਸਾਨੂੰ ਭੁਗਤਣਾ ਪੈ ਜਾਣਾ ਅਤੇ ਇਹਦੇ ਲਈ ਪ੍ਰਸ਼ਾਸਨ ਜ਼ਿੰਮੇਵਾਰੀ ਲੈਂਦਾ ਤਾਂ ਅਸੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਲੱਗੇ ਰਹਿਣ ਅਤੇ ਜਿਹੜੀ ਫੀਸ ਆ ਜਿੰਨੀ ਫੀਸ ਪ੍ਰਸ਼ਾਸਨ ਲੈ ਰਿਹਾ ਹੈ ਤੁਹਾਨੂੰ ਸਹੀ ਲੱਗਦੀ ਆ ਜਾਂ ਫਿਰ ਜ਼ਿਆਦਾ ਲੱਗਦੀ ਆ ਸਰ ਫੀਸ ਦੇ ਮੁਤਾਬਕ ਤਾਂ ਇਹਨਾਂ ਨੂੰ 1% ਨਹੀਂ ਦੇਣਾ ਚਾਹੀਦਾ ਜੀ ਅਸੀਂ 100 ਰੁਪਇਆਂ ਨੇ ਦਈਏ ਕਿਉਂਕਿ ਸਾਰੇ ਕੰਮ ਅਸੀਂ ਕਰਾਏ ਹਾਂ ਜੀ ਕੋਈ ਵੀ ਕੰਮ ਉਹਨਾਂ ਨੇ ਨਹੀਂ ਕਰਾਇਆ ਹੁਣ ਕਾਰਪੋਰੇਸ਼ਨ ਨੇ ਫੀਸ ਕੱਟਣ ਆਇਆ ਨਾ ਲਓ ਜੀ 7,000 ਰੁਪਏ ਦਿਓ ਜੀ 15,000 ਰੁਪਇਆ ਉਹਦੇ ਨਾਲ ਕੀ ਹੈ ਤੁਸੀਂ ਕੰਮ ਕੋਈ ਨਹੀਂ ਕੀਤਾ ਜੀ ਅਤੇ ਸਾਡੇ ਆ ਕੇ ਸਿਰ 'ਤੇ ਬਾਅਦ ਮੱਥਾ ਵੀ ਤੁਸੀਂ ਪਟਾਕਾ ਰੱਖਿਆ ਤੁਸੀਂ ਇਹ ਕਰੋ ਥੋੜ੍ਹਾ ਜਿਹਾ ਦਬਦਬਾ ਪਾਉਣ ਲੱਗ ਜਾਂਦਾ ਜੀ ਫਿਰ ਅਸੀਂ ਸੋਚਦੇ ਹਾਂ ਚੱਲ ਯਾਰ ਫੀਸ ਕਟਾ ਕੇ ਪਰਾਂ ਕਰੀਏ ਕਿਉਂ ਅਸੀਂ ਕਲੇਸ਼ ਪੈਣਾ ਕਿਉਂਕਿ ਪਹਿਲੇ ਉਲਝੇ ਹੋਏ ਹਾਂ ਕੱਲ੍ਹ ਦੀ ਮੀਂਹ ਨੇ ਤਾਂ ਸਾਨੂੰ ਸਾਰਿਆਂ ਨੂੰ ਵੈਸੇ ਉਲਝਾਤਾ ਜੀ ਇਸ ਲਈ ਅਸੀਂ ਤਾਂ ਕਹਿੰਦੇ ਹਾਂ ਫੀਸ ਹੋਣੀ ਜਿਹਦੀ ਵੱਧ ਤੋਂ ਵੱਧ 500 ਰੁਪਇਆ ਟੈਂਟ ਦੀ 15x30 ਦੀ ਬਸ ਇਸ ਤੋਂ ਉੱਪਰ ਫੀਸ ਨਹੀਂ ਹੋਣੀ ਚਾਹੀਦੀ ਇਹ ਤੋਂ ਉੱਪਰ ਜਿਹੜਾ ਲਾਏ ਉਹ ਤੋਂ 15 ਉਹਦੇ ਹੋਰ 5% ਕਰ ਦਿਓ ਉਹਨੂੰ ਵਧਾ ਦਿਓ 1500 ਲੈ ਲਿਓ 2000 ਕਰ ਦਿਓ 2100 ਕਰ ਦਿਓ ਪਰ ਇੰਨੀ ਨਹੀਂ ਕਿ 7,000-15,000 ਫੀਸਾਂ ਇੰਨਾ ਤਾਂ ਮਾਰਜਨ ਬੰਦੇ ਤਾਂ ਪਹਿਲੇ ਦਿਨ ਹੀ ਨਿਕਲਦਾ ਜੀ ਜਿੰਨਾ ਇਹਨਾਂ ਨੇ ਫੀਸਾਂ ਜਾ ਕੇ ਕੱਟ ਲੈਣਾ ਉੱਤੋਂ ਦੀ ਥੋੜ੍ਹੀ ਉਹਨਾਂ ਨਾਲ ਫਿਰ ਕਰਨੀ ਪੈਂਦੀ ਹੈ ਪਟਾਕੇ ਦੇ ਟਾਈਮ ਵੀ ਹਾਂ ਵੀ ਚਲੋ ਆਪਣੇ ਬੰਦੇ ਨੇ ਕਰ ਲਓ ਪਰ ਉਹ ਸਾਡੇ 'ਤੇ ਦਇਆ ਨਹੀਂ ਖਾ ਕੇ ਰਹਾ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਪਟਾਕਾ ਵਿਕਰੇਤਾਵਾਂ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦੀਆਂ ਸਮੱਸਿਆਵਾਂ ਜਾਣੀਆਂ ਨੇ ਅਤੇ ਸੇਲ ਬਾਰੇ ਵੀ ਗੱਲਬਾਤ ਕੀਤੀ ਗਈ ਹੈ ਕਿ ਕਾਫੀ ਚੰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਲੇਕਿਨ ਲੋਕ ਨੇ ਜਿਹੜੇ ਉਹ ਕੰਜੂਸੀ ਕਰਦੇ ਨੇ ਇਸ ਦੇ ਨਾਲ ਪ੍ਰਸ਼ਾਸਨ ਅਤੇ ਫੀਸ ਬਾਰੇ ਜ਼ਰੂਰ ਸ਼ਿਕਾਇਤਾਂ ਨੇ ਜਿਹੜੀਆਂ ਉਹ ਪਟਾਕਾ ਵਿਕਰੇਤਾਵਾਂ ਵੱਲੋਂ ਕੀਤੀਆਂ ਗਈਆਂ ਨੇ ਤਾਂ ਕੈਮਰਾ ਪਰਸਨ ਹਰਵਿੰਦਰ ਨਾਲ ਮੈਂ ਬਲਵਿੰਦਰ ਸਿੰਘ ਢੀਂਡਸਾ ਮੋਹਾਲੀ ਤੋਂ